ਕੋਟ ਵਿਖੇ ਡੀਐਸਪੀ ਪਿਆਰਾ ਸਿੰਘ ਦੀ ਅਗਵਾਈ ਵਿੱਚ ਐਸਐਚਓ ਸੁਰਿੰਦਰ ਕੁਮਾਰ ਨੇ ਵੱਖ ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਜਾਂ ਕੋਈ ਹੋਰ ਕਾਰਨਾਂ ਕਰਕੇ ਬੱਸਾਂ ਨੂੰ ਜ਼ਬਤ ਕੀਤਾ ਗਿਆ ਅਤੇ ਉਹਨਾਂ ਦੇ ਚਲਾਨ ਕੀਤੇ ਗਏ। ਸ਼ਾਹਕੋਟ ਤੋਂ ਸਾਬੀ ਦਾਸੀਗੇ ਦੀ ਰਿਪੋਰਟ। ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਮੁਤਾਬਕ ਅੱਜ ਅਤੇ ਕੱਲ੍ਹ ਸਕੂਲ ਦੀਆਂ ਬੱਸਾਂ ਦੀ ਐਕਸਟੈਂਸਿਵ ਜਿਹੜੀ ਉਹ ਚੈਕਿੰਗ ਮੇਰੇ ਵੱਲੋਂ ਕੀਤੀ ਗਈ ਹੈ। ਕੱਲ੍ਹ ਲਗਭਗ ਕੋਈ ਮੈਂ 10 ਦੇ ਕਰੀਬ ਬੱਸਿਸ ਕੱਲ੍ਹ ਚੈੱਕ ਕੀਤੀਆਂ ਔਰ 5 ਦੇ ਕਰੀਬ ਬੱਸਿਸ ਜਿਹੜੀਆਂ ਮੈਂ ਅੱਜ ਚੈੱਕ ਕੀਤੀਆਂ ਵੱਖ ਵੱਖ ਸਕੂਲਾਂ ਦੀਆਂ ਬੱਸਿਸ। ਇਹਨਾਂ ਬੱਸਿਸ ਵਿੱਚ ਜੇ ਕੋਈ ਉਣਤਾਈਆਂ ਪਾਈਆਂ ਗਈਆਂ ਹਨ ਤਾਂ ਨਿਯਮ ਅਨੁਸਾਰ ਉਹਨਾਂ ਦਾ ਚਲਾਨ ਵੀ ਕੀਤਾ ਗਿਆ। ਮੁੱਖ ਤੌਰ 'ਤੇ ਜੋ ਉਣਤਾਈਆਂ ਪਾਈਆਂ ਗਈਆਂ ਸਨ ਉਹ ਮੈਂ ਇਹ ਵੇਖਿਆ ਹੈ ਕਿ ਬੱਚੇ ਜਿਹੜੇ ਆ ਉਹ ਲੋੜ ਤੋਂ ਵੱਧ ਗਿਣਤੀ ਵਿੱਚ ਉਹ ਬੱਚੇ ਬਿਠਾਏ ਗਏ ਸੀ। ਕੁਛ ਇੱਕ ਹੋਰ ਜਿਹੜੀਆਂ ਸੇਫ ਵਾਹਨ ਸਕੂਲ ਪਾਲਿਸੀ 'ਚ ਹੈਗਾ ਹੈ ਕਿ ਡਰਾਈਵਰਸ ਨੂੰ ਉਹਨਾਂ ਨੇ ਗਲੇ 'ਚ ਆਪਣਾ ਨੇਮ ਪਲੇਟ ਪਾ ਕੇ ਰੱਖਣੀ ਹੈ, ਸਪੈਸ਼ਲ ਡਰੈਸਿਸ ਨੇ ਉਹਨਾਂ ਵਾਸਤੇ, ਅਤੇ ਉਹ ਵੀ ਕਈ ਕੇਸਿਸ 'ਚ ਮੈਂ ਅਬਜ਼ਰਵ ਕੀਤਾ ਵੀ ਉਹਨਾਂ ਨੇ ਨਹੀਂ ਪਾਈਆਂ। ਉਹਨਾਂ ਨੂੰ ਕਈ ਕੇਸਿਸ 'ਚ ਸਟ੍ਰਿਕਟ ਵਾਰਨਿੰਗ ਵੀ ਦਿੱਤੀ ਗਈ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕਮੀਆਂ ਨੇ ਇਹਨਾਂ ਨੂੰ ਪੂਰਾ ਕੀਤਾ ਜਾਵੇ ਔਰ ਜਿਹੜੇ ਸੀਰੀਅਸ ਜਿਹੜੇ ਧਿਆਨ 'ਚ ਆਈਆਂ ਨੇ ਉਹਨਾਂ ਦੇ ਚਲਾਨ ਵੀ ਜਿਹੜੇ ਉਹ ਕੱਟੇ ਗਏ ਨੇ। ਅਤੇ ਇਹ ਜਿਹੜੀ ਮੁਹਿੰਮ ਹੈ ਇਹ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਆਪਾਂ ਫਿਊਚਰ 'ਚ ਵੀ ਭਵਿੱਖ 'ਚ ਵੀ ਇਹਨੂੰ ਕੰਟੀਨਿਊ ਰੱਖਾਂਗੇ ਤਾਂ ਕਿ ਬੱਚਿਆਂ ਦੀ ਸੁਰੱਖਿਆ, ਸਕੂਲੀ ਬੱਚਿਆਂ ਦੀ ਸੁਰੱਖਿਆ ਜਿਹੜੀ ਉਹ ਸੁਨਿਸ਼ਚਿਤ ਕੀਤੀ ਜਾ ਸਕੇ। ਜੀ, ਆਪਣੇ ਸਕੂਲ ਦੀਆਂ ਬੱਸਾਂ SDM ਸਰ ਵੱਲੋਂ, DSP ਸਾਹਿਬ 'ਤੇ ਅਸੀਂ ਇਹ ਜਿਹੜਾ ਸਪੈਸ਼ਲ ਡਰਾਈਵ ਚਲਾਈਏ ਇਹਨਾਂ ਨੂੰ ਚੈੱਕ ਕਰਨ ਲਈ। ਅੱਜ ਅਲੱਗ ਅਲੱਗ ਜਗ੍ਹਾ 'ਤੇ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਇਹਨਾਂ ਦੇ ਜਿਹੜੇ ਹੈਗੇ ਸੀ ਜਿੰਨੇ ਨੋਰਮ ਸੀਗੇ ਇਹਨਾਂ ਨੂੰ ਉਹ ਹਦਾਇਤ ਕੀਤੀ ਗਈ, ਇਹਨਾਂ ਨੂੰ ਪਾਲਣਾ ਕੀਤੀ, ਜਿਨ੍ਹਾਂ ਦੇ ਵਿੱਚ ਕਮੀ ਪੇਸ਼ੀ ਪਾਈ ਗਈ ਉਹਨਾਂ ਦੇ ਚਲਾਨ ਵੀ ਕੀਤੇ ਗਏ। ਇਹ ਅੱਗੇ ਵੀ ਜਿਹੜੀ ਮੁਹਿੰਮ ਹੈ ਸਾਡੀ ਚੈਕਿੰਗ ਦੀ ਲਗਾਤਾਰ ਜਾਰੀ ਰਹੇਗੀ। ਇਹਨਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਜਿਹੜੇ ਬੱਚੇ ਜਿਹੜੇ ਓਵਰਲੋਡ ਨਾ ਹੋਣ, ਸਪੀਡ ਗਵਰਨਰ ਲਗਾਇਆ ਜਾਏ, ਕੈਮਰੇ ਅਟੈਂਡਡ, ਹਰ ਤਰੀਕੇ ਦੀ ਜੋ ਸੇਫਟੀ ਨੋਰਮਸ ਨੇ ਉਹਨਾਂ ਨੂੰ ਸਖਤੀ ਨਾਲ ਪਾਲਣਾ ਕੀਤੀ ਜਾਵੇ। ਜੇ ਕੋਈ ਨਹੀਂ ਕਰੂਗਾ ਤਾਂ ਉਸਦੇ ਖਿਲਾਫ਼ ਕਾਨੂੰਨੀ ਕਰਨੀ। ਅਤੇ ਸਰ, ਕਿੰਨੇ ਕੁ ਤੁਸੀਂ ਚਲਾਨ ਕੱਟੇ ਹੈਗੇ? ਅੱਜ 4 ਚਲਾਨ ਸੀ ਜਿਹੜੇ, 4 ਚਲਾਨ ਕੀਤੇ, ਬਾਕੀ ਕੁਝ ਬੱਸਾਂ ਦੇ ਜਿਹੜੀ ਕਮੀ ਪੇਸ਼ੀ ਸੀ ਛੋਟੀ ਮੋਟੀ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇ ਅੱਗੇ ਤੋਂ ਹੀ ਕੀਤਾ ਗਿਆ ਤਾਂ ਤੁਹਾਡਾ ਵੀ, ਕੱਲ੍ਹ ਵੀ ਕੀਤੇ ਸੀਗੇ, ਅੱਗੇ ਵੀ ਜਾਰੀ।